ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਈਟੀਟੀ ਕੈਡਰ ਪੋਸਟਾਂ ਦੇ ਰਿਗਾਰਡਿੰਗ ਇਨਫੋਰਮੇਸ਼ਨ ਆ ਚੁੱਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਐਲਾਨ ਕਰੇ ਜਾ ਰਿਹਾ ਹੋ ਚੁੱਕੀ ਹੈ ਦੋਸਤੋ 23 ਤੱਕ ਆਬਜੈਕਸ਼ਨ ਕਰਨ ਲਈ ਕਿਹਾ ਗਿਆ ਹੈ 23 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਸਬਮਿਟ ਕਰ ਸਕਦੇ ਹੋ ਆਬਜੈਕਸ਼ਨ ਫੀਸ ਸਿਰਫ 50 ਰੁਪਏ ਔਰ ਮੰਨ ਕੇ ਚੱਲੇ ਜਾਵੇ ਤਾਂ 28 ਤੱਕ ਰਿਜ਼ਲਟ ਵੀ ਆ ਸਕਦਾ ਹੈ ਠੀਕ ਹੈ 28 ਤੱਕ ਔਰ ਨਵੰਬਰ ਦੇ ਪਹਿਲੇ ਹਫਤੇ ਸਕਰੂਟੀ ਕਾਲ ਵੀ ਆ ਜਾਵੇਗੀ ਓਕੇ ਬਹੁਤ ਜਲਦੀ ਬੋਰਡ ਕੰਮ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਪੂਰੀ ਪ੍ਰਕਿਰਤੀ ਕੰਪਲੀਟ ਕਰਨੀ ਹੈ ਤੁਹਾਨੂੰ ਪਤਾ ਹੀ ਇਹ ਪੋਸਟਾਂ ਜਾਦੇ ਨੇ ਤੇ ਬਹੁਤ ਸਾਰੀਆਂ ਸਿਲੈਕਸ਼ਨ ਲਿਸਟਾਂ ਵੀ ਆਉਂਦੀਆਂ ਨੇ ਟਾਈਮ-ਟਾਈਮ ਤੇ ਠੀਕ ਹੈ ਦੂਸਰੀ ਗੱਲ ਦੋਸਤੋ ਕਮਿੰਗ ਸੂਨ ਨਿਊ ਅਪਡੇਟਸ ਬਿਲਕੁਲ 3704 1497 899 ਮਾਸਟਰ ਕੈਟਰ ਦੇ ਰਿਗਾਰਡਿੰਗ ਨਿਊ ਅਪਡੇਟਸ ਜਾਰੀ ਹੋ ਸਕਦੀਆਂ ਨੇ ਇਨਫੋਰਮੇਸ਼ਨ ਪੂਰੀ ਹੈ ਜੀ ਠੀਕ ਹੈ ਔਰ ਬਹੁਤ ਸਾਰੇ ਸਾਥੀ ਕਹਿ ਰਹੇ ਹੋਣਗੇ ਕਿ ਇਹ ਤਾਂ ਤੁਸੀਂ ਹਰ ਰੋਜ਼ ਹੀ ਬੋਲਦੇ ਹੋ ਦੋਸਤੋ ਦੇਖੋ ਸਾਡੇ ਬੋਲਨੇ ਜਾਂ ਨਾ ਬੋਲਨੇ ਦਾ ਕੀ ਹੁੰਦਾ ਹੈ ਬੋਰਡ ਜੋ ਕੰਮ ਕਰ ਰਿਹਾ ਇਸ ਵਕਤ ਉਹ ਬਿਲਕੁਲ ਫੂਕ ਫੂਕ ਕੇ ਕਦਮ ਰੱਖ ਰਿਹਾ ਮੋਦੇ ਵਾਸਤੇ ਉਹ ਨਹੀਂ ਚਾਹੁੰਦਾ ਕਿ ਸਾਡੇ ਉੱਤੇ ਕੇਸ ਲੱਗੇ ਕਿਉਂਕਿ ਪਹਿਲਾਂ ਹੀ 3704 ਦੇ ਵਿੱਚ ਜੋ ਇਹਨਾਂ ਨੇ ਕਬਲਾ ਕੀਤਾ ਉਹਦੇ ਉੱਤੇ ਬੋਰਡ ਬਹੁਤ ਬਦਨਾਮ ਹੋਇਆ ਓਕੇ ਜਿਸ ਵਾਰ ਨਾ 13 ਕੇਸ ਜਿਹੜੇ ਨੇ ਬੋਰਡ ਉੱਤੇ ਲੱਗੇ ਤੇ ਇਸ ਕਰਕੇ ਜਲਦੀ ਦਾ ਕੰਮ ਮੁਸੀਬਤ ਦਾ ਕੰਮ ਹੁੰਦਾ ਹੈ ਇਸ ਕਰਕੇ ਬੋਰਡ ਹਰ ਇੱਕ ਸਿਲੈਕਸ਼ਨ ਲਿਸਟ ਜਾਰੀ ਕਰਨ ਤੋਂ ਪਹਿਲਾਂ ਜਾਂ ਵਿਦ ਹੈਲਟ ਲਿਸਟ ਵਿਦ ਹੈਲਟ ਲਿਸਟ ਜਾਰੀ ਕਰਨ ਤੋਂ ਪਹਿਲਾਂ ਸੋਚ ਰਿਹਾ ਕਾਫੀ ਵਾਰ ਠੀਕ ਹੈ ਤੇ ਨਿਊ ਅਪਡੇਟਸ ਤਾਂ ਆਉਣੀਆਂ ਨੇ ਦੇਖੋ ਕਦੋਂ ਆਉਂਦੀਆਂ ਨੇ ਕਿਸੇ ਵੇਲੇ ਵੀ ਜਾਰੀ ਹੋ ਸਕਦੀਆਂ ਨੇ ਤੁਸੀਂ ਵੈਬਸਾਈਟ ਤੇ ਜ਼ਰੂਰ ਜਾਂਦੇ ਰਹਿਣਾ ਦੇਖਦੇ ਰਹਿਣਾ 25 ਨੂੰ ਮੁੱਖ ਮੰਤਰੀ ਚੰਨੀ ਸਾਹਿਬ ਨਾਲ ਮੀਟਿੰਗ ਹੈ ਤੇ ਇਹ ਮੀਟਿੰਗ ਹੀ ਸਾਬਿਤ ਕਰੇਗੀ ਕਿ ਪੋਸਟਾਂ ਆਉਣੀਆਂ ਨੇ ਜਾਂ ਨਹੀਂ ਆਉਣੀਆਂ ਨੇ ਜਾਂ ਫਿਰ ਕੋ ਲਾਰਾ ਹੋਰ ਕਿਉਂਕਿ ਪ੍ਰਗਤ ਸਿੰਘ ਨੇ ਲਾਸਟ ਮੀਟਿੰਗ ਦੇ ਵਿੱਚ ਜੋ ਕਿ ਐਜੂਕੇਸ਼ਨ ਮਨਿਸਟਰ ਨੇ ਪੰਜਾਬ ਦੇਵ ਨਾਲ ਲਾਸਟ ਮੀਟਿੰਗ ਦੇ ਵਿੱਚ ਲਾਰਾ ਲਿਆ ਸੀ ਕਿ ਆਪਾਂ ਇੱਕ ਹਫਤੇ ਦੇ ਅੰਦਰ ਕੋਈ ਨਾ ਕੋਈ ਇਨਫੋਰਮੇਸ਼ਨ ਤੁਹਾਨੂੰ ਦੇ ਜ਼ਰੂਰ ਦੇਵਾਂਗੇ ਪੋਸਟ ਨਾਲ ਸੰਬੰਧ ਵਿੱਚ ਲੇਕਿਨ ਉਹ ਲਾਰਾ ਵੀ ਕਹਿ ਸਕਦੇ ਆ ਕਿ ਲਾਰਾ ਹੀ ਨਿਕਲੇ ਕਿਸਮ ਦਾ ਮਤਲਬ ਉਹ ਜਿਹੜਾ ਵਾਦਾ ਕੀਤਾ ਸੀ ਕਿ ਹਾਂ ਇਨਫੋਰਮੇਸ਼ਨ ਦੇਾਂਗੇ ਉਹ ਇੱਕ ਲਾਰਾ ਹੀ ਨਿਕਲਾ ਹੈ ਵਾਦਾ ਤੇ ਹੁਣ ਮੀਟਿੰਗ ਦੇ ਉੱਤੇ ਡਿਪੈਂਡ ਕਰਦਾ ਕਿ ਕਿੰਨੇ ਕੁ ਸਕਸੈਸ ਹੋਵਾਂਗੇ ਇਸ ਮੀਟਿੰਗ ਦੇ ਬਾਅਦ ਅਸੀਂ ਤੇ ਵਿਗਿਆਪਨ ਆਵੇਗਾ ਜਾਂ ਨਹੀਂ ਆਵੇਗਾ ਇਹ ਮੀਟਿੰਗ ਹੀ ਸਾਬਿਤ ਕਰੇਗੀ ਓਕੇ ਸਾਥੀਓ ਤੇ ਇਹ ਇਨਫੋਰਮੇਸ਼ਨ ਸੀਗੀ ਹਾਂ ਬਹੁਤ ਸਾਰੇ ਲੋਕ ਕਮੈਂਟਸ ਆ ਕੇ ਬੋਲਦੇ ਨੇ ਤੁਸੀਂ ਮਾਸਟਰ ਕੈਡਰ ਹਿੰਦੀ ਪੰਜਾਬੀ ਐਸਐਸਟੀ ਦੀ ਪੋਸਟਾਂ ਦੀ ਗੱਲ ਕਿਉਂ ਨਹੀਂ ਕਰਦੇ ਦੱਸੋ ਦੱਸੋ ਮੈਂ ਥੋੜੀ ਕਰਨੀ ਹੈ ਮੈਂ ਤਾਂ ਇੱਕ ਮੈਸੇਜ ਜਿਹੜਾ ਹੈ ਉਹ ਤੁਹਾਡੇ ਤੱਕ ਪਹੁੰਚਾਉਂਦਾ ਹਾਂ ਸਰਕਾਰ ਦਾ ਜਾਂ ਜਨਤਾ ਦਾ ਜਾਂ ਜੂਨੀਅਨ ਦਾ ਓਕੇ ਗੱਲ ਤਾਂ ਤੋ ਕਰਾਂਗੇ ਜਦੋਂ ਪੋਸਟਾਂ ਆ ਜਾਣਗੀਆਂ ਠੀਕ ਹੈ ਹੁਣ ਉਮੀਦ ਸਿਰਫ ਔਰ ਸਿਰਫ ਇਹ ਪੋਸਟ ਇਨ੍ਹਾਂ ਮੀਟਿੰਗ ਦੇ ਉੱਤੇ ਹੀ ਇਹ ਮੀਟਿੰਗ ਕਾਮਯਾਬ ਹੋ ਜਾਵੇ ਤਾਂ ਪੋਸਟਾਂ ਆ ਸਕਦੀਆਂ ਨੇ ਨਹੀਂ ਤਾਂ 5 ਸਾਲ ਤੁਸੀਂ ਤਿਆਰੀ ਕਰਿਓ ਅਗਲੇ ਓਕੇ ਅਗਲੀਆਂ ਪੋਸਟਾਂ ਤੱਕ ਕਿਉਂਕਿ ਹੁਣ ਤਾਂ ਕਮੈਂਟ ਸੈਕਸ਼ਨ ਚ ਜਾ ਕੇ ਬਸ ਇਹੀ ਪੁੱਛਣ ਤੋਂ ਗੇ ਰਹਿ ਗਏ ਨੇ ਲੋਕ ਕਿ ਪੋਸਟਾਂ ਆ ਰਹੇ ਦੱਸੋ ਤੇ ਪੋਸਟਾਂ ਬਾਰੇ ਤਾਂ ਦੱਸਾਂਗੇ ਜਦੋਂ ਇਹ ਮੀਟਿੰਗ ਕਾਬਜ ਹੋਵੇਗੀ ਤੇ ਮਸੀਹਾ ਦਾ ਬੰਨ ਹੀ ਮੰਨ ਹੀ ਲਿਆ ਹੈ ਲੋਕਾਂ ਨੇ ਇਹਨਾਂ ਨੂੰ ਕਿਉਂਕਿ 1.5 ਲੱਖ ਦੀ ਸੈਲਰੀ ਤੋਂ ਬਾਅਦ ਵੀ ਜਦੋਂ ਇਹਨਾਂ ਨੂੰ ਤੁਸੀਂ ਮਸੀਹਾ ਬਣ ਲੈਂਦੇ ਤਾਂ ਬਹੁਤ ਮੂਰਖਤਾ ਵਾਲੀ ਗੱਲ ਹੈ ਕਿਉਂਕਿ ਦੇਖੋ ਦੋਸਤੋ ਇਹ ਕੋ ਫ੍ਰੀਜ ਕੰਮ ਨਹੀਂ ਕਰ ਰਿਹਾ ਹੈ ਜਾ ਜਾਜੇ ਕੋਮਰੇ ਹੈ ਹੈਲੀਕਾਪਟਰ ਜਿ ਕੋਮਰੇ ਫ੍ਰੀ ਜਿ ਕੋਮਰੇ ਹੈ ਅਰ ਹੈਸ਼ ਇਹਨਾਂ ਨੂੰ ਫ੍ਰੀ ਬਿਲਕੁਲ ਫ੍ਰੀ ਹੈ ਬਿਜਲੀ ਪਾਣੀ ਦਾ ਬਿੱਲ ਇਹ ਨਹੀਂ ਦਿੰਦੇ ਟੈਲੀਫੋਨ ਪੱਤਾ 250 ਰੁਪਏ ਦੇ ਵਿੱਚ ਪੂਰਾ ਮੀਨਾ ਤੁਸੀਂ ਕਾਲ ਕਰੋ ਨੈਟ ਚਲਾਓ ਜੋ ਮਰਜੀ ਹੁੰਦਾ ਲੇਕਿਨ 15000 ਰੁਪਏ ਤਾਂ ਟੈਲੀਫੋਨ ਦਾ ਪੱਤਾ ਮਿਲਦਾ ਹੈ ਨਾਲ ਤਾਂ ਫੈਨ ਬਣੋ ਜਿੰਨਾ ਮਰਜੀ ਬਣੋ ਠੀਕ ਹੈ ਕਿਉਂਕਿ ਆਮ ਆਦਮੀ ਨਾਲ ਮਿਲ ਰਿਹਾ ਆ ਆਮ ਆਦਮੀ ਦੀ ਸੁਣ ਰਿਹਾ ਲੇਕਿਨ ਕੁਝ ਕਰ ਨਹੀਂ ਰਿਹਾ